ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਅਗਜ਼ਾਮ ਸਟੱਡੀ ਵਿਦਿਊ ਜੋਬ ਅਲਰਟ ਤੇ ਅੱਜ ਸਵੇਰ ਦੀ ਅਪਡੇਟ ਲੈ ਕੇ ਆਏ ਹਾਂ ਜੀ ਈਡੀਟੀ 2364 ਅਸਾਮੀਆਂ ਨਾਲ ਸੰਬੰਧਤ ਜੋ ਕੈਂਡੀਡੇਟ ਸਿਲੈਕਟ ਹੋਏ ਨੇ ਤਾਂ ਇਹਨਾਂ ਨੂੰ ਨਿਯੁਕਤੀ ਪੱਤਰ ਦੇਣ ਦੇ ਸੰਬੰਧ ਵਿੱਚ ਨਵੀਂ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਸੋ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਆਲ ਤੇ ਪ੍ਰੈਸ ਜਰੂਰ ਕਰ ਲਿਓ ਤਾਂ ਜੋ ਤੁਹਾਨੂੰ ਸਮੇਂ ਸਿਰ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਤਾਂ ਸ਼ੇਅਰ ਕਰਦੇ ਹਾਂ ਜੀ ਇਹ ਪੂਰੀ ਜਾਣਕਾਰੀ ਤਾਂ ਕੱਲ ਦੀ ਮਿਤੀ ਯਾਨੀ ਕਿ 26 2021 ਨੂੰ ETT 2364 ਅਧਿਆਪਕ ਸਰਦਾਰ ਸਾਧੂ ਸਿੰਘ ਧਰਮਸੋਧ ਜੋ ਕੈਬਨਿਟ ਮੰਤਰੀ ਨੇ ਜੰਗਲਾਤ ਤੇ ਸਮਾਜ ਵੈਲਫੇਅਰ ਵਿਭਾਗ ਨੂੰ ਮਿਲੇ ਇਸ ਵਿੱਚ ਮੌਜੂਦਾ ਅਧਿਆਪਕਾਂ ਨੇ ਦੱਸਿਆ ਕਿ ਉਹਨਾਂ ਦੀ ETT 2364 ਪੋਸਟਾਂ ਦੀ ਸਕਰੂਟੀਨੀ ਹੋਏ ਨੂੰ ਲਗਭਗ 6 ਮਹੀਨੇ ਤੋਂ ਵੱਧ ਦਾ ਸਮਾਂ ਬੀਤ ਚੁੱਕਿਆ ਪਰ ਸਰਕਾਰ ਵੱਲੋਂ ਅਜੇ ਤੱਕ ਉਹਨਾਂ ਨੂੰ ਜਿਹੜਾ ਨਿਯੁਕਤੀ ਪੱਤਰ ਜਾਰੀ ਨਹੀਂ ਕੀਤਾ ਗਿਆ ਉਕਤ ਅਧਿਆਪਕਾਂ ਨੇ ਮੰਤਰੀ ਸਾਹਿਬ ਅੱਗੇ ਨਿਯੁਕਤੀ ਪੱਤਰ ਜਲਦੀ ਜਾਰੀ ਕਰਵਾਉਣ ਲਈ ਮੰਗ ਕੀਤੀ ਹੈ ਤਾ ਜੋ ਸਿੱਖਿਆ ਦੇ ਖੇਤਰ ਵਿੱਚ ਉਹ ਆਪਣੀਆਂ ਵਧੀਆ ਸੇਵਾਵਾਂ ਦੇ ਸਕਣ ਅਤੇ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕ ਸਕਣ ਮੰਤਰੀ ਸਾਹਿਬਾਨ ਨੇ ਭਰੋਸਾ ਦਿਵਾਇਆ ਕਿ ਤੁਹਾਡੀ ਨਿਯੁਕਤੀ ਪੱਤਰ ਜਾਰੀ ਕਰਵਾਉਣ ਦੀ ਮੰਗ ਨੂੰ ਬਹੁਤ ਥੋੜੇ ਸਮੇਂ ਵਿੱਚ ਮੁੱਖ ਮੰਤਰੀ ਸਾਹਿਬ ਅੱਗੇ ਰੱਖਿਆ ਜਾਵੇਗਾ ਇਸੋ ਦੌਰਾਨ ਅਧਿਆਪਕ ਜਥੇਬੰਦੀ ਵੱਲੋਂ ਗੁਰਜੰਟ ਪਟੇਲਾ ਚਰਨਜੀਤ ਕੌਰ ਹਰਪ੍ਰੀਤ ਸਮਾਣਾ ਸੰਦੀਪ ਸਮਾਣਾ ਮਨਦੀਪ ਕੌਰ ਬੂਟਾ ਮਾਨਸਾ ਮਲੂਕ ਮਾਨਸਾ ਕਰਨ ਬੁਢਲਾਡਾ ਜਸਵੀਰ ਨਾਭਾ ਵਿਸ਼ਾਲ ਦੇਵੀਗੜ੍ਹ ਨੀਟੂ ਟੋਡਰਪੁਰ ਲਖਵਿੰਦਰ ਸਾਦ ਮਾਚਰਾ ਅਰਸ਼ ਪਤੜਾ ਸੂਰਜ ਸਮਾਣਾ ਆਦ ਇਹ ਸਾਡੇ ਜਿਹੜੇ ਆਗੂ ਸੀਗੇ ਉਹ ਹਾਜ਼ਰ ਸਨ ਸੋ ਜਲਦੀ ਨਿਯੁਕਤੀ ਪੱਤਰ ਹੈ ਜਿਹੜੇ ਉਹ ਜਾਰੀ ਹੈ ਜਿਹੜੇ ਕਰ ਦਿੱਤੇ ਜਾਣਗੇ ਕਿਉਂਕਿ ਲਗਾਤਾਰ ਅਧਿਆਪਕ ਨੇ ਜਿਹੜਾ ਉਹ ਧਰਨਾ ਦੇ ਰਹੇ ਨੇਗੇ ਸੋ ਜ਼ਿਆਦਾ ਤਾਈਮ ਹੈ ਜਿਹੜਾ ਸਰਕਾਰ ਹੁਣ ਨਹੀਂ ਲੈ ਸਕਦੀ ਨਿਯੁਕਤੀ ਪੱਤਰ ਹੈ ਜਿਹੜੇ ਉਹ ਜਾਰੀ ਕਰਨੇ ਪੈਣਗੇ ਬਾਕੀ ਜੋ ਅੱਗੇ ਅਪਡੇਟ ਆਏ ਕਿ ਉਸ ਸਮੇਂ ਸਿਰ ਤੁਹਾਡੇ ਨਾਲ ਜਾਣਕਾਰੀ ਸ਼ੇਅਰ ਕਰ ਦੇਵਾਂਗੇ ਧੰਨਵਾਦ ਜੀ